ਲੁਧਿਆਣਾ ਦੇ ਗਿੱਲ ਰੋਡ ਸਥਿਤ ਦੀਪਨਗਰ ਵਿੱਚ ਉਸ ਸਮੇਂ ਅਫੜਾ ਤਫੜੀ ਮਚ ਗਈ ਜਦੋਂ ਇੱਥੇ ਇੱਕ ਲੰਮੇ ਸਮੇਂ ਤੋਂ ਬੰਦ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋ ਗਈ। ਗੈਸ ਜਿਵੇਂ ਹੀ ਹਵਾ ਵਿੱਚ ਘੁਲੀ ਤਾਂ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣੀ ਸ਼ੁਰੂ ਹੋ ਗਈ, ਜਿਸ ਦੇ ਚੱਲਦੇ ਲੋਕ ਖੁੱਲੀ ਥਾਂ ਵੱਲ ਭੱਜੇ। ਮੌਕੇ ਤੋਂ ਹੀ ਕਿਸੇ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ, ਜਿਨ੍ਹਾਂ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਕੋਈ ਕੁਵਾੜੀਆ ਆਇਆ ਸੀ ਮਾਲ ਲੈਣ ਜੀ, ਉਹਦੇ ਠੋਕਾ ਠਾਕਾ ਲੱਗਣ ਨਾਲ ਗੈਸ ਲੀਕ ਹੋ ਗਈ ਉੱਤੇ, ਤੇ ਉਹ ਗੈਸ ਇੰਨੀ ਜ਼ਹਿਰੀਲੀ ਸੀ ਅੱਖਾਂ ਨੂੰ ਤੇ ਛਾਤੀ ਨੂੰ ਬਹੁਤ ਜ਼ਿਆਦਾ ਪੈ ਰਹੀ ਸੀਗੀ। ਇਸੇ ਕਰਕੇ ਫਾਇਰ ਬ੍ਰਿਗੇਡ ਆਏ ਆ ਤੇ ਐਂਬੂਲੈਂਸ ਵੀ ਆਏ ਆ, ਪੁਲਿਸ ਵਾਲੇ ਵੀ ਆਏ ਹੁਣ ਤੇ ਉਸ ਨੂੰ ਕਾਬੂ ਪਾਇਆ ਹੋਇਆ। ਹੁਣ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੁਰਾਹਾ ਵਿੱਚ ਇਸੇ ਤਰ੍ਹਾਂ ਹੀ ਇੱਕ ਟੈਂਕਰ ਦੇ ਪੁਲ ਵਿੱਚ ਫਸ ਜਾਣ ਨਾਲ ਅਮੋਨੀਆ ਗੈਸ ਲੀਕ ਹੋ ਗਈ ਸੀ ਅਤੇ ਕਈ ਲੋਕ ਇਸ ਦੀ ਚਪੇਟ ਵਿੱਚ ਆ ਗਏ ਸਨ। ਇੱਥੇ ਬਜਾਜ ਐਂਡ ਕੰਪਨੀ ਦੀ ਪੁਰਾਣੀ ਆਈਸ ਫੈਕਟਰੀ ਸੀਗੀ, ਉਹ 18-20 ਸਾਲ ਤੋਂ ਬੰਦ ਸੀਗੀ ਅਤੇ ਹੁਣ ਇਹਨਾਂ ਨੇ ਖੋਲ੍ਹ ਕੇ ਕਿਸੇ ਕਬਾੜੀਏ ਨੂੰ ਕਬਾੜ ਚੁਕਾਉਣ ਲਈ ਦਿੱਤੀ ਸੀ। ਉਹ ਕਬਾੜ ਇਕੱਠਾ ਕਰਦਾ ਕਰਦਾ ਇੱਕ ਸਿਲੰਡਰ ਪਿਆ ਸੀਗਾ ਅਮੋਨੀਆ ਗੈਸ ਦਾ, ਉਹਦੇ 'ਤੇ ਕਿਤੇ ਬਾਲ ਦੇ ਉੱਤੇ ਲੱਗ ਗਿਆ, ਉਹ ਬਾਲ ਲੀਕੇਜ ਨਾਲ ਗੈਸ ਸ਼ੁਰੂ ਹੋ ਗਈ। ਬਾਕੀ ਕੋਈ ਕੈਜੁਅਲਿਟੀ ਨਹੀਂ ਹੋਈ, ਅੰਡਰ ਕੰਟਰੋਲ ਹੈ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ, ਠੀਕ ਹੈ, ਐਂਬੂਲੈਂਸ ਵੀ ਆਈ ਹੋਈ ਹੈ, ਮੌਕੇ 'ਤੇ ਤਹਿਸੀਲਦਾਰ ਸਾਹਿਬ ਵੀ ਹੈਗੇ ਨੇ ਅਤੇ ਨਾਇਬ ਤਹਿਸੀਲਦਾਰ ਵੀ। ਲੁਧਿਆਣਾ ਤੋਂ ਵਿਵੇਕ ਢੱਲ, ਖਬਰ ਹਰਪਲ ਇੰਡੀਆ ਲਈ।